2017 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਚ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ, ਜਿਨ੍ਹਾਂ ਚੋਂ ਇੱਕ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਸੀ। ਪਰ ਮਾਨਸਾ ਦੇ ਪਿੰਡ ਬੁਰਜਰਾਠੀ ਦਾ ਕਿਸਾਨ ਨੈਬ ਸਿੰਘ 3 ਮਹੀਨੇ ਪਹਿਲਾਂ ਸਿਰ ਤੇ ਚੜੇ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਗਿਆ, ਜਿਸ ਦੇ ਸਿਰ ਤੇ ਤਕਰੀਬਨ 11 ਲੱਖ ਦਾ ਕਰਜ਼ਾ ਸੀ। ਨੈਬ ਸਿੰਘ ਦੇ ਤੁਰ ਜਾਣ ਤੋਂ ਬਾਅਦ ਪਰਿਵਾਰ ਚ 6 ਮੈਂਬਰ ਰਹਿ ਗਏ ਸੀ, ਜਿਨ੍ਹਾਂ ਚੋਂ ਉਸ ਦੀ ਮਾਂ, ਪਤਨੀ ਤੇ 4 ਧੀਆਂ ਨੇ। ਹੁਣ ਪਰਿਵਾਰ ਚ ਕਮਾਉਣ ਵਾਲਾ ਕੋਈ ਨਹੀਂ, ਜਿਸਦੇ ਕਰਕੇ ਨੈਬ ਸਿੰਘ ਦੀ ਮਾਂ ਤੇ ਪਤਨੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ। ਜੀ ਉਹਦੇ ਨਾਲ ਤਾਂ ਬਾਣੀਆਂ ਜੀ ਨਾਲ 11 ਲੱਖ ਰੁਪਇਆ ਨਾਲੇ ਸੋਸਾਇਟੀ ਦਾ, ਨਾਲੇ ਬੈਂਕ ਦਾ ਵੀ ਕਰਜ਼ੇ ਨਾਲ ਵੀ ਮੈਂ ਕੁੜੀਆਂ ਨੂੰ ਪੜ੍ਹਾਵਾਂ ਕਿ ਮੈਂ ਕਰਜ਼ਾ ਲਾਹਾਂ। ਬਸਾਂ ਜੀ ਫਿਰ ਫਿਕਰ 'ਚ ਬੈਠਾ ਰਹਿੰਦਾ। ਮੈਂ ਵੀ ਆਪਣੇ ਖਿੱਚੇ ਕਹਿੰਦੀ ਵੀ ਇਸ ਤਰ੍ਹਾਂ ਕਿਉਂ ਬੈਠਾ ਹੈ, ਚੰਗਾ ਭਲਾ ਘਰੇ ਗਿਆ ਹੈ। ਅਤੇ ਜਦੋਂ ਮੈਂ ਖੇਤ ਗਈ ਗਾਹਾਂ ਕੰਮ ਕਰੀ ਬੈਠਾ, ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਵੀ ਅਸੀਂ ਕਿੱਥੋਂ ਲਈਏ, ਕਿੱਥੋਂ ਧੀਆਂ ਨੂੰ ਪੜ੍ਹਾਈਏ, ਵੀ ਕਿੱਥੋਂ ਇਹਨਾਂ ਦੇ ਵੀ ਸਵੇਰ ਨੂੰ ਬਾਹਰੋਂ ਉਠਾਉਣੀਆਂ ਨੇ, ਵੀ ਕਿੱਥੋਂ ਕਿਵੇਂ ਅਸੀਂ ਕਰਜ਼ਾ ਲਾਈਏ। ਵੀ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ ਮਾੜੀ ਮੋਟੀ। ਕਰਜ਼ੇ ਕਾਰਨ ਹੋ ਤੇ ਉਹਦੀ ਹਾਲਤ ਹੱਤਿਆ ਹੋ ਗਈ ਜੀ। 11 ਲੱਖ ਰੁਪਇਆ ਦੇਣਾ ਸੀ ਜੀ ਕਰਜ਼ੇ ਦਾ, ਅਤੇ ਹੁਣ ਮੈਂ ਕਿੱਥੋਂ ਦੇਵਾਂ? ਉਹ ਸਰਕਾਰ ਕੰਨਿਓ ਮੈਨੂੰ ਮਾਫ਼ ਹੋਣਾ ਚਾਹੀਦਾ ਜੀ। 4 ਗੁੱਡੀਆਂ ਨੇ ਜੀ, ਉਹਨਾਂ ਨੂੰ ਵੀ ਹੁਣ ਪਾਲੂ ਪਲੂਸੂ ਪਲਾਊਂ ਹੁਣ ਪੜ੍ਹਾਊਂ ਵੀ, ਅਤੇ ਵੀ ਸਾਨੂੰ ਕਰਜ਼ੇ ਵਾਲੇ ਵੀ ਬਹੁਤ ਪਰੇਸ਼ਾਨ ਕਰ ਰਹੇ ਨੇ ਜੀ, ਵੀ ਇਹ ਕਰਜ਼ਾ ਸਾਡਾ ਮਾਫ਼ ਹੋਣਾ ਚਾਹੀਦਾ ਜੀ। ਸਾਡੀ ਇਹੀ ਬੇਨਤੀ ਹੈ ਸਰਕਾਰ ਕੰਨੀ ਜੀ। ਹਾਂ ਜੀ, ਕਰਜ਼ਾ ਸਾਥੋਂ ਮੰਗ ਰਹੇ ਅੱਜ ਵੀ, ਜਿਹਦਾ ਦੇਣਾ ਸੀ ਕਰਜ਼ਾ ਸਭ ਮੰਗਦੇ ਆ ਜੀ, ਕਰਜ਼ਾ ਸਾਥੋਂ ਅਤੇ ਕਰਜ਼ਾ ਸਾਥੋਂ ਮੰਗ ਰਹੇ ਆ ਜੀ। ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹੋ ਰਹੇ ਹਾਂ ਵੀ ਹੁਣ ਗੁੱਡੀਆਂ ਨੂੰ ਵੀ ਪੜ੍ਹਾਉਣਾ ਲਿਖਾਉਣਾ ਸੀ ਜੀ, ਅਤੇ ਮੈਂ ਵਿਆਹੁਣਾ ਵੀ ਆ ਸਵੇਰ ਨੂੰ, ਇੰਨਾ ਮੈਂ ਕਿੱਥੋਂ ਦੇਊਂਗੀ ਜੀ? ਹੁਣ ਕਰਜ਼ਾ ਮੈਨੂੰ ਮਾਫ਼ ਕਰਿਆ ਜਾਵੇ ਜੀ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੀ ਮਦਦ ਕਰਦੀ ਹੈ ਜਾਂ ਫਿਰ ਨਹੀਂ। ਮਾਨਸਾ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।